ਸਤਿ ਸ੍ਰੀ ਅਕਾਲ ਜੀ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਜਦੋਂ ਦਾ ਆਸਟ੍ਰੇਲੀਆ ਅਸੈਸਮੈਂਟ ਲੈਵਲ 3 ਚ ਇੰਡੀਆ ਨੂੰ ਪਾਇਆ ਉਦੋਂ ਦਾ ਹਰ ਬੰਦਾ ਕਹਿਣ ਲੱਗ ਗਿਆ ਕਿ ਆਸਟ੍ਰੇਲੀਆ ਦਾ ਵੀਜ਼ਾ ਨਾ ਅਪਲਾਈ ਕਰੋ ਵੀਜ਼ੇ ਨਹੀਂ ਲੱਗ ਰਹੇ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਅੱਜ ਵੀ ਆਸਟ੍ਰੇਲੀਆ ਦਾ ਵੀਜ਼ਾ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਸੀਗਾ ਉਸੇ ਤਰੀਕੇ ਨਾਲ ਲੱਗ ਰਿਹਾ ਜੇ ਨੰਬਰਸ ਦੀ ਗੱਲ ਕਰਾਂ 2019 ਦੇ ਨੰਬਰ 2018 ਨਾਲੋਂ 30% ਵਧੇ ਹੈ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਨ ਵਾਲਾ ਜੇ 2018 ਦੇ ਵਿੱਚ 100 ਸਟੂਡੈਂਟ ਗਿਆ ਅਤੇ 2019 ਵਿੱਚ 130 ਬੱਚੇ ਗਏ ਨੇ 30% ਇਨਕਰੀਜ਼ ਹੋਇਆ ਸਟੂਡੈਂਟਸ ਫਰੋਮ ਇੰਡੀਆ ਟੂ ਗੋ ਸਟੱਡੀ ਇਨ ਆਸਟ੍ਰੇਲੀਆ ਸੋ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਇੱਕ ਆਪਸ਼ਨ ਦੇ ਰਿਹਾ ਵਿਦਆਊਟ ਆਇਲਟਸ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਹਾਂਜੀ ਬਿਲਕੁਲ ਸਹੀ ਸੁਣ ਰਹੇ ਹੋ ਵਿਦਆਊਟ ਆਇਲਟਸ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅਪਲਾਈ ਹੁੰਦਾ ਵੀਜ਼ਾ ਲੱਗਦਾ ਵੀ ਹੈ ਬੱਚਾ ਜਾਂਦਾ ਵੀ ਹੈ ਜੀ ਉੱਥੇ ਦੋ ਸ਼ਰਤਾਂ ਪਹਿਲਾਂ ਪਲੱਸ ਟੂ ਵਾਲੇ ਦੀ ਗੱਲ ਕਰ ਲਈਏ ਕਿ ਕੀ ਪ੍ਰੋਫਾਈਲ ਤੁਹਾਡਾ ਪਲੱਸ ਟੂ ਦੇ ਵਿੱਚ ਚਾਹੀਦਾ ਤਾਂ ਜੋ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਬਿਨਾਂ ਆਇਲਟਸ ਦੇ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਪਲੱਸ ਟੂ 2019 ਵਿੱਚ ਪਾਸ ਆਊਟ ਹੋ CBSE ਬੋਰਡ ਤੋਂ ਪਾਸ ਆਊਟ ਹੋ CBSE ਜਾਂ ICSE ਬੋਰਡ ਦੇ ਬੱਚਿਆਂ ਲਈ ਹੀ ਸਿਰਫ ਇਹ ਆਪਸ਼ਨ ਹੈਗੀ ਹੈ ਪਲੱਸ ਟੂ 2019 ਦੇ ਵਿੱਚ CBSE ICSE ਬੋਰਡ ਤੋਂ ਕੀਤੀ ਹੈ 60% ਮਾਰਕਸ ਦੇ ਨਾਲ ਤੁਸੀਂ ਕੀਤੀ ਹੈ 60% ਮਾਰਕਸ ਮੇਨ 3 ਸਬਜੈਕਟਸ ਓਵਰਆਲ 60% ਕਿਸੇ ਵੀ ਤਰ੍ਹਾਂ ਤੁਹਾਡੇ 60% ਨੰਬਰ ਬਣਦੇ ਹੈ CBSE ICSE ਬੋਰਡ ਤੋਂ ਪੜ੍ਹੇ ਹੋਏ ਹੋ ਤੁਸੀਂ ਆਸਟ੍ਰੇਲੀਆ ਵਿਦਆਊਟ ਆਇਲਟਸ ਜਾ ਕੇ ਪੜ੍ਹਾਈ ਕਰ ਸਕਦੇ ਹੋ ਬਿਨਾਂ ਆਇਲਟਸ ਦੇ ਤੁਹਾਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਮਿਲੇਗੀ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਜਾਓਗੇ ਔਰ ਉੱਥੇ ਜਾ ਕੇ ਪੜ੍ਹਾਈ ਕਰ ਸਕਦੇ ਹੋ ਇਹ ਆਪਸ਼ਨ ਪੰਜਾਬ ਬੋਰਡ ਜਾਂ ਹਰਿਆਣਾ ਬੋਰਡ ਤੋਂ ਪਲੱਸ ਟੂ ਪਾਸ ਕੀਤੇ ਸਟੂਡੈਂਟਸ ਲਈ ਨਹੀਂ ਹੈਗੀ ਉਹਨਾਂ ਨੂੰ ਆਇਲਟਸ ਕਰਨੀ ਪੈਣੀ ਹੈ ਦੂਸਰਾ ਜੀ ਇਹ ਗ੍ਰੈਜੂਏਸ਼ਨ ਵਾਲੇ ਸਟੂਡੈਂਟਸ ਅਤੇ ਗ੍ਰੈਜੂਏਟ ਬੱਚਾ ਵੀ ਬਿਨਾਂ ਆਇਲਟਸ ਦੇ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਸਕਦਾ ਗ੍ਰੈਜੂਏਟ ਬੱਚੇ ਦੀ ਰਿਕੁਆਇਰਮੈਂਟ ਤੁਸੀਂ 2018 ਜਾਂ 2019 ਪਾਸ ਆਊਟ ਹੋ ਕਿਸੇ ਵੀ ਯੂਨੀਵਰਸਿਟੀ ਤੋਂ ਚਾਹੇ ਉਹ GNDU ਹੈ ਚਾਹੇ ਪੰਜਾਬ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਹੈ PAU ਹੈ ਕੁਰੂਕਸ਼ੇਤਰ ਯੂਨੀਵਰਸਿਟੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ ਤੁਸੀਂ ਗ੍ਰੈਜੂਏਸ਼ਨ 2018 ਜਾਂ 2019 ਦੇ ਵਿੱਚ ਕੀਤੀ ਹੈ ਔਰ ਉਹ ਗ੍ਰੈਜੂਏਸ਼ਨ ਤੁਸੀਂ ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੈ 60% ਨੰਬਰਾਂ ਦੇ ਨਾਲ ਜੇ ਉਹ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਗ੍ਰੈਜੂਏਟ ਬੱਚਾ ਵੀ ਵਿਦਆਊਟ ਆਇਲਟਸ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਸਕਦਾ ਸੋ ਇਹ ਦੋ ਆਪਸ਼ਨਸ ਗ੍ਰੈਜੂਏਟ 60% ਮਾਰਕਸ ਫਸਟ ਡਿਵੀਜ਼ਨ ਪਲੱਸ ਟੂ CBSE ICSE ਬੋਰਡ 60% ਮਾਰਕਸ ਤੁਸੀਂ ਆਸਟ੍ਰੇਲੀਆ ਵਿਦਆਊਟ ਆਇਲਟਸ ਬਿਨਾਂ ਆਇਲਟਸ ਦਾ ਪੇਪਰ ਦਿੱਤੇ ਜਾ ਕੇ ਪੜ੍ਹਾਈ ਕਰ ਸਕਦੇ ਹੋ ਸ਼ੁਕਰੀਆ ਜੀ ਧੰਨਵਾਦ